ਆਮ ਆਦਮੀ ਪਾਰਟੀ ਦੇ ਸਾਡੇ ਬਹੁਤ ਹੀ ਮਿਹਨਤੀ ਵਰਕਰ ਅਹੁਦੇਦਾਰ ਸਾਹਿਬਾਨ ਜਿਨ੍ਹਾਂ ਨੇ ਇਸ ਕੈਂਪ ਨੂੰ ਸਫਲ ਬਣਾਉਣ ਵਿੱਚ ਆਪਣਾ ਪੂਰਾ ਯੋਗਦਾਨ ਪਾਇਆ, ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਔਰ ਇਸ ਕੈਂਪ ਦੇ ਵਿੱਚ ਇੰਨਾ ਵੱਡਾ ਇਕੱਠ ਇਸ ਚੀਜ਼ ਨੂੰ ਦਰਸਾਉਂਦਾ ਹੈ ਕਿ ਹਲੇ ਵੀ ਸਾਡੇ ਲੋਕ ਸਹੂਲਤਾਂ ਤੋਂ ਬਹੁਤ ਜ਼ਿਆਦਾ ਵਾਂਝੇ ਨੇ। ਮਾਨ ਸਰਕਾਰ ਨੇ ਜਦੋਂ ਹੀ ਆਪਣੀ ਕਾਰਗੁਜ਼ਾਰੀ ਸ਼ੁਰੂ ਕੀਤੀ ਸੀ ਤਾਂ ਇਸੇ ਗੱਲ 'ਤੇ ਜ਼ੋਰ ਦਿੱਤਾ ਸੀ ਕਿ ਲੋਕਾਂ ਦੇ ਕੰਮ ਉਹਨਾਂ ਦੇ ਘਰਾਂ ਤੱਕ ਹੋਣ, ਸਰਕਾਰਾਂ ਸੱਥਾਂ ਤੋਂ ਚੱਲਣ, ਪਿੰਡਾਂ ਤੋਂ ਚੱਲਣ, ਲੋਕਾਂ ਨੂੰ ਧੱਕੇ ਨਾ ਖਾਣੇ ਪੈਣ ਦਫ਼ਤਰਾਂ ਦੇ ਹਸਪਤਾਲਾਂ ਦੇ ਆਪਣੇ ਕੰਮ ਕਰਾਉਣ ਦੇ ਲਈ। ਔਰ ਉਸੇ ਚੀਜ਼ 'ਤੇ ਅਮਲ ਕਰਦਿਆਂ ਅਸੀਂ ਜਗ੍ਹਾ ਜਗ੍ਹਾ ਸਰਕਾਰ ਤੁਹਾਡੇ ਦੁਆਰ ਪ੍ਰੋਗਰਾਮ ਰਾਹੀਂ ਲੋਕਾਂ ਨੂੰ ਉਹ ਸਹੂਲਤਾਂ ਸੁਖਾਲੀਆਂ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿਨ੍ਹਾਂ ਕਰਕੇ ਉਹਨਾਂ ਦਾ ਬਹੁਤ ਸਾਰਾ ਸਮਾਂ ਬਰਬਾਦ ਹੁੰਦਾ ਅਤੇ ਕਈ ਵਾਰੀ ਸਫਲ ਵੀ ਨਹੀਂ ਹੋ ਪਾਉਂਦੇ ਉਹ ਇਹ ਸਹੂਲਤਾਂ ਲੈਣ ਦੇ ਵਿੱਚ। ਅੰਤਰਰਾਸ਼ਟਰੀ ਦਿਵਿਆਂਗਤਾ ਦਿਵਸ ਜੋ ਕਿ ਅਸੀਂ 3 ਦਸੰਬਰ ਤੋਂ ਸ਼ੁਰੂ ਕੀਤਾ ਸੀ ਔਰ ਇਹ ਫੈਸਲਾ ਕੀਤਾ ਗਿਆ ਸੀ ਕਿ ਇਸ ਨੂੰ ਅਸੀਂ ਲਗਾਤਾਰਤਾ ਵਿੱਚ ਚਲਾਵਾਂਗੇ, ਸਿਰਫ ਇੱਕ ਦਿਨ ਦੇ ਵਿੱਚ ਕਿਸੇ ਵੀ ਵਿਭਾਗ ਨਾਲ ਜਾਂ ਕਿਸੇ ਵੀ ਸਮਾਜ ਦੇ ਹਿੱਸੇ ਨਾਲ ਜੁੜੀ ਹੋਈ ਸਮੱਸਿਆ ਦਾ ਹੱਲ ਨਹੀਂ ਹੋ ਸਕਦਾ। ਸੋ ਉਹ ਲੋਕ ਜਿਹੜੇ ਆਪਣੇ ਆਪ ਨੂੰ ਮਹਿਸੂਸ ਕਰਦੇ ਨੇ ਕਿ ਅਸੀਂ ਸਰੀਰਕ ਪੱਖੋਂ ਵਾਂਝੇ ਹੋਣ ਕਰਕੇ ਜਾਂ ਕੋਈ ਹੋਰ ਕਮੀ ਹੋਣ ਕਰਕੇ ਅਸੀਂ ਦਿਵਿਆਂਗ ਮਹਿਸੂਸ ਕਰਦੇ ਹਾਂ, ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹਾਂਗੀ ਕਿ ਕਦੇ ਵੀ ਆਪਣੇ ਆਪ ਨੂੰ ਦਿਵਿਆਂਗ ਜਾਂ ਸਮਾਜ ਵਿੱਚ ਅਧੂਰਾ ਨਾ ਸਮਝੋ, ਕਿਉਂਕਿ ਪਰਮਾਤਮਾ ਨੇ ਕਿਸੇ ਨੂੰ ਵੀ ਇਸ ਧਰਤੀ ਦੇ ਉੱਪਰ ਪੂਰਨ ਰੂਪ ਵਿੱਚ ਨਹੀਂ ਭੇਜਿਆ। ਅਸੀਂ ਸਾਰੇ ਹੀ ਕਿਸੇ ਨਾ ਕਿਸੇ ਪੱਖੋਂ ਦਿਵਿਆਂਗ ਹਾਂ, ਉਹਦੇ ਵਿੱਚ ਮੈਂ ਆਪਣੇ ਆਪ ਨੂੰ ਵੀ ਸ਼ਾਮਲ ਕਰਾਂਗੀ ਕਿ ਕੋਈ ਸਰੀਰਕ ਪੱਖੋਂ ਦਿਵਿਆਂਗ ਹੁੰਦਾ, ਕੋਈ ਸੋਚ ਪੱਖੋਂ ਦਿਵਿਆਂਗ ਹੁੰਦਾ, ਕੋਈ ਹੋਰ ਕਿਸੇ ਸਮਾਜ ਦੀ ਜਿਹੜੀ ਜ਼ਰੂਰਤ ਹੈ ਪੂਰੀ ਨਾ ਹੋਣ ਕਰਕੇ ਦਿਵਿਆਂਗ ਹੁੰਦਾ। ਸੋ ਕਦੇ ਵੀ ਆਪਣੇ ਆਪ ਨੂੰ ਇਕੱਲਾ ਮਹਿਸੂਸ ਨਾ ਕਰੋ। ਦਿਵਿਆਂਗਤਾ ਸਾਨੂੰ ਉਦੋਂ ਹੀ ਖਟਕਦੀ ਹੈ ਜਦੋਂ ਅਸੀਂ ਮਾਨਸਿਕ ਤੌਰ 'ਤੇ ਆਪਣੇ ਆਪ ਨੂੰ ਦਿਵਿਆਂਗ ਜਾਂ ਡਿਸਏਬਲ ਸਮਝਣ ਲੱਗ ਜਾਂਦੇ ਹਾਂ। ਸੋ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਅਸੀਂ ਮਾਨਸਿਕ ਤੌਰ 'ਤੇ ਆਪਣੇ ਆਪ ਨੂੰ ਤੰਦਰੁਸਤ ਸਮਝ